ਰਾਜਿਕ ਮਸਲਾ ਇਹ ਬਣਿਆ ਹੋਇਆ ਧਰਮ ਪਰਿਵਰਤਨ ਦਾ ਜੀ ਵੀ ਜੀ ਥੋੜਾ ਜਿਹਾ ਲਾਲਚ ਦੇ ਕੇ ਜਾਂ ਜੀ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਠੀਕ ਹੋ ਜਾਣਾ ਤੇ ਸਿੱਖ ਤਾਂ ਬਹੁਤ ਛੇਤੀ ਆਪਣਾ ਧਰਮ ਬਦਲ ਰਹੇ ਨੇ ਜੀ ਕਮੀ ਕਿੱਥੇ ਰਹੀ ਹੈ ਇਹ ਈਸਾਈ ਕਦੇ ਵੀ ਕਿਸੇ ਨੂੰ ਉਹਦੇ ਜਿੰਨੇ ਸੁੱਖ ਨਹੀਂ ਦੇ ਸਕਦੇ ਜਿਹੜੇ ਗਰੀਬ ਸਿੱਖਾਂ ਨੂੰ ਬਣਾਉਣਾ ਚਾਹੁੰਦੇ ਨੇ ਪਰ ਗੱਲਾਂ ਤਾਂ ਇਹ ਵੀ ਸਾਹਮਣੇ ਆਉਂਦੀਆਂ ਜੀ ਵੀ ਜਿਹੜੇ ਹੈਗੇ ਆ ਸਾਹਮਣੇ ਤੋਂ ਜਿਹੜੇ ਈਸਾਈ ਧਰਮ ਦੇ ਕੋਈ ਪਾਸਟਰ ਨੇ ਕੁਝ ਅਖੌਤੀ ਵੀ ਨੇ ਉਹ ਗੱਲਾਂ ਇਹ ਵੀ ਕਹਿੰਦੇ ਨੇ ਉਹ ਕਹਿੰਦੇ ਤੁਸੀਂ ਆਪਣੇ ਸਾਂਭੇ ਨਹੀਂ ਹੈਗੇ ਤੁਸੀਂ ਆਪਣਿਆਂ ਨੂੰ ਸਾਂਭੋ ਸਾਨੂੰ ਕਹਿਣ ਨਾਲੋਂ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਜੀ ਸਿਸਟਮ ਇੱਥੇ ਸਾਡਾ ਵਿਰੋਧੀ ਹੈ ਇਹ ਸਾਡੇ ਜੈਨੋਸਾਈਡ ਦੀਆਂ ਪਾਲਿਸੀਆਂ ਨੇ ਸਾਨੂੰ ਸਿੱਖੀ ਤੋਂ ਦੂਰ ਕਰਨ ਦਾ ਕਰਕੇ ਸੋ ਅੱਜ ਸਾਡੇ ਕੋਲ ਰਾਜਸੀ ਸੱਤਾ ਨਹੀਂ ਹੈਗੀ ਸਾਡੀਆਂ ਕੁਝ ਸੰਸਥਾਵਾਂ ਹੈਗੀਆਂ ਪਰ ਉਹ ਵੀ ਆਜ਼ਾਦੀ 'ਚ ਵਿਚਰ ਨਹੀਂ ਸਕਦੀਆਂ ਜਿੰਨਾ ਚਿਰ ਸਾਡੇ ਕੋਲ ਰਾਜ ਨਹੀਂ ਰਾਜ ਭਾਗ ਦੀ ਕਿਹੜੇ ਰਾਜ ਭਾਗ ਦੀ ਤੁਸੀਂ ਗੱਲ ਕਰਦੇ ਹੋ ਮਤਲਬ ਕਿ ਖਾਲਿਸਤਾਨ ਵੱਲ ਜਾਣ ਦੀ ਗੱਲ ਕਰਦੇ ਹੋ ਜਾਂ ਫਿਰ ਅਸੀਂ ਸਾਡਾ ਆਪਣਾ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਹੋਣਾ ਚਾਹੀਦਾ ਇਸੇ ਦੇਸ਼ ਦੇ ਵਿੱਚ ਇਸੇ ਪੰਜਾਬ ਦੇ ਵਿੱਚ ਰਾਜ ਦਾ ਅਰਥ ਹੈ ਸੰਪੂਰਨ ਰਾਜ ਦੇ ਮਾਲਕ ਹੋਣਾ ਜਿੱਥੇ ਫੌਜ ਸਾਡੀ ਹੈ ਜਿੱਥੇ ਪੁਲਿਸ ਸਾਡੀ ਹੋਵੇ ਜਿੱਥੇ ਮੰਤਰੀ ਸੰਤਰੀ ਸਾਡੇ ਹੋਣ ਜਿੱਥੇ ਸਾਰਾ ਕੁਝ ਸਾਡਾ ਹੋਵੇ ਪੁਲਿਸ ਦੇ ਤਸ਼ੱਦਦ ਨਾਲ ਗੋਲੀਆਂ ਨਾਲ ਝੂਠੇ ਮੁਕਾਬਲਿਆਂ 'ਚ 2 ਤੋਂ 3 ਲੱਖ ਨੌਜਵਾਨ ਸਾਡਾ ਸ਼ਹੀਦ ਹੋਇਆ ਨਸ਼ੇ ਦੇ ਨਾਲ 7 ਤੋਂ 8 ਲੱਖ ਨੌਜਵਾਨ ਸਾਡਾ ਮਾਰਿਆ ਜਾ ਚੁੱਕਾ ਹੈ ਜੇ ਤਾਂ ਪੰਜਾਬ 'ਚ ਕਹਿੰਦੇ ਸ਼ਾਂਤੀ ਆ ਗਈ ਹੈ ਇਹ ਸ਼ਾਂਤੀ ਮੜੀਆਂ ਵਾਲੀ ਸ਼ਾਂਤੀ ਹੈ ਮੁਰਦਿਆਂ ਦੀ ਸ਼ਾਂਤੀ ਹੈ ਜਿੱਥੇ ਮੁਰਦੇ ਹੋਣ ਉੱਥੇ ਬੋਲਦੇ ਨਹੀਂ ਮੰਗ ਪੱਤਰ ਦੇਣਾ ਸਾਨੂੰ ਬੰਦ ਕਰਨੇ ਚਾਹੀਦੇ ਨੇ ਕਿਉਂਕਿ ਇਹ ਸਮਝ ਲਓ ਵੀ ਜਿਹੜੀ ਹਕੂਮਤ ਨੇ ਸਾਡੇ ਬੰਦੀ ਸਿੰਘਾਂ ਨੂੰ ਕੈਦ ਕੀਤਾ ਉਹਨੇ ਛੱਡਣਾ ਨਹੀਂ ਇੱਦਾਂ ਇਹ ਸਾਨੂੰ ਸੰਘਰਸ਼ ਕਰਨਾ ਪੈਣਾ ਅਤੇ ਸੰਘਰਸ਼ ਅੜ ਕੇ ਕਰਨਾ ਪੈਣਾ ਭੀਖ ਜਿਹੜੀ ਹੈ ਨਾ ਬੈਗਰਸ ਕਾਂਟ ਬੀ ਚੂਜ਼ਰਸ ਭਿਖਾਰੀ ਨੂੰ ਮਰਜ਼ੀ ਦੀ ਭੀਖ ਨਹੀਂ ਮਿਲਦੀ ਇੱਥੇ ਕਾਲੇ ਚੋਲੇ ਕਰ ਲਓ ਅਤੇ ਭਾਵੇਂ ਮੂੰਹ ਕਾਲੇ ਕਰਕੇ ਚੱਲ ਜਾਓ ਉੱਥੇ ਇੱਥੇ ਤਾਮਿਲਨਾਡੂ ਤੋਂ ਉੱਥੋਂ ਕਿਸਾਨ ਆਏ ਸੀ ਮੂੰਹ 'ਚ ਚੂਹੇ ਪਾ ਕੇ ਖੋਪੜੀਆਂ ਹੱਥ 'ਚ ਫੜ ਕੇ ਸਾਲ ਬੈਠੇ ਰਹੇ ਕੁਛ ਨਹੀਂ ਹੋਇਆ ਇੱਥੋਂ ਸਿੱਖ ਨੌਜਵਾਨ ਗਏ ਸੀ ਅਤੇ ਸਾਲ ਦੇ ਵਿੱਚ ਮਸਲਾ ਨਿਬੜ ਗਿਆ ਸੋ ਜਿੰਨੇ ਜੇ ਕੁਛ ਕਰਨਾ ਹੈ ਤਾਂ ਉਹ ਜ਼ਰੂਰਤ ਨਾ ਕਰੋ ਜਿਹੜੀ ਖਾਲਸੇ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਅਤੇ ਭਾਈ ਚਰਨਜੀਤ ਸਿੰਘ ਚੰਨਾ ਹੋਰਾਂ ਜੀ ਦਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਅਤੇ ਇਸ ਸਮਾਗਮ ਦੇ ਵਿੱਚ ਵੱਖੋ ਵੱਖਰੀਆਂ ਪੰਥਕ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਤਾਂ ਉਹਨਾਂ ਵਿੱਚੋਂ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਜੀ ਅੱਜ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਜਿਨ੍ਹਾਂ ਬਾਰੇ ਜਿਨ੍ਹਾਂ ਦੀਆਂ ਕੁਰਬਾਨੀਆਂ ਤਾਂ ਬਹੁਤ ਵੱਡੀਆਂ ਪਰ ਇੱਕ ਕਲਾਕਾਰ ਦੀ ਸਿੱਧੂ ਮੂਸੇਵਾਲਾ ਲੈ ਕੇ ਆਉਂਦੇ ਨੇ ਅਤੇ ਅੱਜ ਉਹਨਾਂ ਦੇ ਸਮਾਗਮ ਫਿਰ ਤੋਂ ਸ਼ੁਰੂ ਹੋਏ ਨੇ ਜੀ ਦੇਖੋ ਜਿੰਨਾ ਜਿੰਨਾ ਵੀ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਹੱਕਾਂ ਲਈ ਕੁਰਬਾਨੀਆਂ ਕੀਤੀਆਂ ਵੈਸੇ ਤਾਂ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਪਰ ਸਿੱਧੂ ਮੂਸੇਵਾਲੇ ਦੇ ਗੀਤ ਕਰਕੇ ਇਹਨਾਂ ਬਾਰੇ ਨੌਜਵਾਨਾਂ ਨੂੰ ਹੋਰ ਪਤਾ ਲੱਗਾ ਅਤੇ ਇਹ ਵੀ ਪਤਾ ਲੱਗਾ ਵੀ ਕਿਵੇਂ ਪੰਜਾਬ ਦੇ ਪਾਣੀ ਦੀ ਲੋਟ ਅਜੇ ਵੀ ਜਾਰੀ ਹੈ ਸੋ ਇਹ ਚੜ੍ਹਦੀ ਕਲਾ ਵਾਲੀ ਗੱਲ ਹੈ ਜਿਹੜੇ ਹੋਰ ਵੀ ਗਾਇਕ ਨੇ ਗੀਤਕਾਰ ਨੇ ਉਹਨਾਂ ਨੂੰ ਚਾਹੀਦਾ ਵੀ ਜਿਹੜਾ ਇਤਿਹਾਸਕ ਜਿਹੜੇ ਪੁਰਸ਼ ਹੋਏ ਨੇ ਜਿਨ੍ਹਾਂ ਨੇ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਬਾਤ ਪਾਉਣ ਤਾਂ ਜੋ ਨੌਜਵਾਨਾਂ ਤੱਕ ਇਹ ਸੁਨੇਹਾ ਪਹੁੰਚ ਸਕੇ ਅਤੇ ਵੀਰ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਉਹ ਸਿੰਘ ਸੀਗੇ ਜਿਹੜੇ ਡੋਲੇ ਨਹੀਂ ਸਦਕ ਤੋਂ ਔਰ ਆਪਣੇ ਆਪਾਂ ਵਾਰ ਦਿੱਤਾ ਪਰ ਅੱਜ ਇੱਕ ਮਸਲਾ ਇਹ ਬਣਿਆ ਹੋਇਆ ਧਰਮ ਪਰਿਵਰਤਨ ਦਾ ਜੀ ਵੀ ਜੀ ਥੋੜ੍ਹਾ ਜਿਹਾ ਲਾਲਚ ਦੇ ਕੇ ਜਾਂ ਜੀ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਠੀਕ ਹੋ ਜਾਣਾ ਅਤੇ ਸਿੱਖ ਤਾਂ ਬਹੁਤ ਛੇਤੀ ਆਪਣਾ ਧਰਮ ਬਦਲ ਰਹੇ ਨੇ ਜੀ ਕਮੀ ਕਿੱਥੇ ਰਹੀ ਹੈ ਨਹੀਂ ਦੇਖੋ ਕਮੀ ਨਹੀਂ ਜਦੋਂ ਕੌਮਾਂ ਗੁਲਾਮ ਹੋ ਜਾਣ ਫਿਰ ਉਹ ਭਟਕਣਾਂ 'ਚ ਪੈ ਜਾਂਦੀਆਂ ਨੇ ਅਤੇ ਇਹ ਗਰੀਬ ਸਿੱਖਾਂ ਨੂੰ ਉਹਨਾਂ ਦੀ ਵੀ ਬਾਂਹ ਫਾੜਨੀ ਚਾਹੀਦੀ ਹੈ ਪਰ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਵੀ ਜਿਹੜੀ ਦੁਨਿਆਵੀ ਲੋੜ ਹੈ ਉਹਦੀ ਪੂਰਤੀ ਕਦੇ ਬੰਦੇ ਨੂੰ ਸੰਤੁਸ਼ਟ ਨਹੀਂ ਕਰਦੀ ਮਹਾਰਾਜੇ ਦਲੀਪ ਸਿੰਘ ਨੂੰ ਦੁਨੀਆ ਭਰ ਦੇ ਸੁੱਖ ਆਰਾਮ ਦਿੱਤੇ ਸੀ ਕ੍ਰਿਸ਼ਨ ਬਣਾ ਕੇ ਉਹਨਾਂ ਨੇ ਮਹਿਲਾਂ 'ਚ ਰਹਿੰਦਾ ਸੀ ਪਰ ਇੱਕ ਸਮਾਂ ਐਸਾ ਆਇਆ ਜਦੋਂ ਤ੍ਰਿਸ਼ਨਾ ਜਾਗੀ ਅੰਦਰ ਗੁਰੂ ਪ੍ਰਤੀ ਅਤੇ ਉਹ ਫਿਰ ਸਿੱਖ ਬਣਿਆ ਦੁਬਾਰਾ ਸੋ ਇਹ ਈਸਾਈ ਕਦੇ ਵੀ ਕਿਸੇ ਨੂੰ ਉਹਦੇ ਜਿੰਨੇ ਸੁੱਖ ਨਹੀਂ ਦੇ ਸਕਦੇ ਜਿਹੜੇ ਗਰੀਬ ਸਿੱਖਾਂ ਨੂੰ ਬਣਾਉਣਾ ਚਾਹੁੰਦੇ ਨੇ ਗਰੀਬ ਸਿੱਖਾਂ ਨੂੰ ਇਹ ਚਾਹੀਦਾ ਵੀ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਤੋਂ ਵੱਡੀ ਦਾਤ ਕਿਸੇ ਨੇ ਕਿਸੇ ਨੂੰ ਨਹੀਂ ਬਖਸ਼ ਦੇਣੀ ਸੋ ਸਬਰ ਸੰਤੋਖ ਮੰਗਣਾ ਚਾਹੀਦਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਘਰ ਬਾਹਰ ਉਜਾੜਾ ਲਏ ਇਹਨਾਂ ਸ਼ਹੀਦਾਂ ਨੇ ਅਤੇ ਸਿੱਖੀ 'ਤੇ ਸਮਝੌਤਾ ਨਹੀਂ ਕੀਤਾ ਅਤੇ ਸਿੱਖੀ 'ਤੇ ਸਮਝੌਤਾ ਕਰਨ ਵਾਲੇ ਬੰਦੇ ਨੂੰ ਸੋਚਣਾ ਚਾਹੀਦਾ ਇਹ ਚੰਗੀ ਗੱਲ ਨਹੀਂ ਪਰ ਗੱਲਾਂ ਤਾਂ ਇਹ ਵੀ ਸਾਹਮਣੇ ਆਉਂਦੀਆਂ ਜੀ ਵੀ ਜਿਹੜੇ ਹੈਗੇ ਆ ਸਾਹਮਣੇ ਤੋਂ ਜਿਹੜੇ ਈਸਾਈ ਧਰਮ ਦੇ ਕੋਈ ਪਾਸਟਰ ਨੇ ਕੁਝ ਅਖੌਤੀ ਵੀ ਨੇ ਉਹ ਗੱਲਾਂ ਇਹ ਵੀ ਕਹਿੰਦੇ ਨੇ ਉਹ ਕਹਿੰਦੇ ਤੁਸੀਂ ਆਪਣੇ ਸਾਂਭੇ ਨਹੀਂ ਹੈਗੇ ਤੁਸੀਂ ਆਪਣਿਆਂ ਨੂੰ ਸਾਂਭੋ ਸਾਨੂੰ ਕਹਿਣ ਨਾਲੋਂ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਜੀ ਨਹੀਂ ਦੇਖੋ ਇੱਦਾਂ ਤਾਂ ਗੱਲ ਇਹ ਨਸ਼ੇ 'ਤੇ ਵੀ ਢੁਕਦੀ ਹੈ ਨਸ਼ਾ ਕਿਹੜਾ ਕੋਈ ਨੌਜਵਾਨਾਂ ਦੇ ਮੂੰਹ 'ਚ ਪਾ ਕੇ ਜਾਂਦਾ ਹਾਲਾਤ ਇਹ ਹੁੰਦੇ ਨੇ ਵੀ ਜਦੋਂ ਕੌਮਾਂ ਗੁਲਾਮ ਹੋਣ ਉਹਨਾਂ ਦਾ ਇਸ ਤਰੀਕੇ ਨਾਲ ਖਿਆਲ ਰੱਖਣਾ ਪੈਂਦਾ ਕਿਉਂਕਿ ਜਦੋਂ ਨੌਜਵਾਨ ਜਿਹੜੇ ਨੇ ਉਹ ਸਿਸਟਮ ਇੱਥੇ ਸਾਡਾ ਵਿਰੋਧੀ ਹੈ
ये साढ़े जेनोसाइड दी पॉलिसियां ने सानू सिखी तो दूर करन दा करके नशा भी इसे कड़ी का हिस्सा है ते ये जिहड़ा साइयत दे नां ते डम चलाया जा रहा ये भी इसे कड़ी का हिस्सा है। ये पखंड है, पखंड नू रोकना सिखां दा फर्ज है। सिखां ने सिखी जे डेरावाद जिहड़ा पखंड आया सी उहदा भी विरोध किया। सो ये ते जिहड़े असल ईसाई ने उन्होंने धन्यवाद करना चाहिए सिखां दा जिन्होंने काम किया रोकण दा यतन किया। ये उन्होंने भी बदनामी कर रहे हैं ना जो वैटिकन सिटी तो इन्हों का हुक्म है भी जिहड़ा मैजिक है ये नहीं करना, ये एक्ट करके लोगों को मूर्ख नहीं बनाना। तुसी सुनिया कदे वैटिकन सिटी जे काम हुंदा होवे? उत्थे हस्पताल खुले ने सारा कुछ है। ये इत्थे लोगों को कहिंदे सी मरे बंदे जीदा कर देने। सो ये तो समझना चाहिए भी ये जिहड़े बंदे काम कर रहे हैं स्टेट की पॉलिसी के तहत काम कर रहे हैं, रोकना सिखां दा फर्ज है। कौम की गुलामियत की गल की है तुसी जी, गुलाम कौम हो ही किवें आ? साडे कोल अपनी पंथक पार्टी सब तो वड्डी साडी सिरमौर संस्था ते जिन्हें प्रचार मतलब के पंजाब सरकार नालों भी वधदा बजट साडियां संस्थावां कोल, फिर गुलामी आई किवें आ जी साडे विच? नहीं देखो गुलामी जिहड़ी है ये राज भाग की गल है। महाराज का वचन राज बिना नह धर्म चले है, धर्म बिना सब दले मले। राज तो बिना धर्म का चलना औखा हो जाता है तो धर्म तो बिना मनुख जिहड़े ने उन्हां दी बिरती खराब हो जाती है तो फिर वह ऐसे पुठे काम करन लग पैंदे ने। सो अज साढ़े को राजसी सत्ता नहीं हैगी, साड़ियाँ कुछ संस्थावां हैगियां पर वह भी आजादी विचर नहीं सकदियां जिन्ना चिर साढ़े को राज नहीं। सो सानू राज भाग वल वधना चाहीदा है। वो कहिंदे ने मझ मरी ते चचड़ आपे मर जांदे ने, ये जिहड़ियां मुश्किलां साढ़े च आईयां ने ये आपे खत्म हो जाणियां जदों राज आ गया। राज भाग की कहड़े राज भाग की तुसी गल करदे हो? मतलब कि खालिस्तान वल जाण दी गल करदे हो जां फिर असी साडा अपना बंदा मुख्यमंत्री की कुर्सी ते होना चाहिए इसे देश दे विच इसे पंजाब दे विच? नहीं देखो ये जो मुख्यमंत्री की कुर्सी पर होना यह तो किसी की हुकूमत के अधीन को नवाबी हो सकती है माड़ी मोटी। जिहड़ा राज भाग है भी आप हर फैसला अपना आप करना है। इत्थे जिहड़ी धरती गुरु साहब के चरणों में पवित्र हुई है इहनू गुरु के लड़ लई रखना, इस धरती इत्थों की नौजवानी घट्टो घट्ट मौका तो मिले भी वह सिक्खी प्रैक्टिस कर सकन। अज तो साढ़े जमदे बच्चों सिक्खी तो तोड़न के यतन हो रहे हैं। सो राज भाग का अर्थ यह होंगे भी कोई वजीरी नहीं, राज का अर्थ है संपूर्ण राज के मालिक होना। जिथे फौज साड़ी है, जिथे पुलिस साड़ी होवे, जिथे मंत्री संतरी साड़े होण, जिथे सारा कुछ ही साड़ा होवे। बहुत लोग जिहड़े सरकारां दे बंदे जां सरकारां दे मंत्री भी ये कह रहे हैं, वह कहिंदे सी बहुत मुश्किल दे नाल काले दौर चों निकले आ। वह 1984 तो बाद 92 तक 95 तक दे समें नूं काला दौर ते अतवादी गतिविधियां वाला समां मानदे आ जी। वह बहुत लोग दूजे नूं अतवादी कहिंदे आ ते बहुत लोग साडे सिखां नूं योधे जिहड़े जिन्हां दीआं बरसियां मनाईआं जा रहीआं उहनां नूं अतवादी कहा जांदा। तुसी राज भाग की गल की है वो तो यह कहें हूँ दोबारा तो यह जोड़ा है मुड़ के वह दौर शुरू करवा देंगे कुछ लोग अजिंह गल करके जी। देखो पुलिस के तशद्दुद ना गोलियां ना झूठे मुकाबलों दो तो 3 लाख नौजवान साड़ा शहीद होया, नशे के नाल 7 तो 8 लाख नौजवान साड़ा मारिया जा चुका है। जे तो पंजाब कहते शांति आ गई है, ये शांति मड़ियाँ वाली शांति है, मुरदियां की शांति है। जिते मुरदे हो बोलते नहीं, उन्होंने जान नहीं होंगी। सो सानू यह कह के डराउणा भी वह दौर ना आ जाए काला दौर, वह दौर सुनहरी सी घट्टो घट परवाने छावां ते सड़के मरे ने, अज जिहड़े नाड़ च टीका ला के मर जाते हैं, मावां नू कुटदे ने अपने नू पैसों की खातर, लोगों के गलां च चैनियां लाउंदे ने। जे इन्हां नू सुनहरी दौर लगता तो इन्हां नू समझना चाहिए भी यह बगैरती का दौर चल रहा, सुनहरी दौर नहीं। सुनहरी दौर उही है जिथे परवाने छावां जले तो परवाने मर मिटण नू तैयार हो जाण। साडे लई उह बड़ा चढ़दी कला वाला दौर सी जदों सूरमियां ने घरों तो उठ के शहादतां दित्तियां ने। लास्ट सवाल है जी, श्रोमणी कमेटी के हुण इस कदम को किवें वेखदे हो जी? बंदी सिंघां दी रिहाइश दे लई ओह कहिंदे असीं काले चोले पा के डीसी दफ्तरां दे बाहर बैठांगे जदों तक बंदी सिंघां दी रिहाइश नहीं हुंदी। देखो ये संस्थावां दा माण आप घटाउंदे ने, अकाल तख्त साहब अकाल दा तख्त है, हैं इस तख्त दे अगे किसे होर तख्त दी औकात नहीं। तो जे असीं काले चोले पा के ते कदी कालियां पग्गां बन्न के ते डीसीआं दे अगे बहिणा है तो फिर मैनू नहीं समझ आउंदी वी साडे की। चलो जे कोई कवे वी असीं दिल्ली चल जाणा है काले चोले पा के, समझ आउंदी है डीसी पंजाब दे विच किन्ने ने, हैं हर जिले दे विच डीसी है, डीसी की करूगा? डीसी ने बंदे छड़ देने ने, मंग पत्र देना सानू बंद करने चाहिए ने, क्योंकि ये समझ लो भी जिहड़ी हुकूमत ने साडे बंदी सिंघां नू कैद किया उन्हें छड़ना नहीं, इदा ये सानू संघर्ष करना पैना तो संघर्ष अड़ के करना पैना। भीख जिहड़ी है ना बैगर्स कांट बी चूजर्स, भिखारी नू मर्जी की भीख नहीं मिलती। इत्थे काले चोले कर लो तो भावें मूँह काले करके चल जाओ, उत्थे इत्थे दमन लाडू तो नग उतों किसान आए सी मूँह च चूहे पा के खोपड़ियां छपड़ के साल बैठे रहे, कुछ नहीं होया। इतों सिख नौजवान गए सी ते साल दे विच मसला निबड़ गया। सो जिन्ने जे कुछ करना है तो वह जुरत ना करो जिहड़ी खालसे दी जुरत है। जुरत की है जी? देखो संघर्ष तुसी करना पहला तो गुलामी नू स्वीकार करो, डरदे क्यों जो? इत्थे किहड़ा बंदा अपने मना में सवाल करो
ਤੁਹਾਨੂੰ ਲੱਗਦਾ ਨਹੀਂ ਕਿ ਸਾਡੇ ਤੇ ਗੁਲਾਮੀ ਹੈ? ਕੀ ਫਿਰ ਸੰਸਥਾ ਸੱਚਮੁੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਕਰ ਰਹੀ ਹੈ ਜਾਂ ਇੱਕ ਪਾਰਟੀ ਦੀ ਛਵੀ ਬਚਾਉਣ ਦੇ ਲਈ ਉਹਨਾਂ ਦੇ ਲਈ ਜ਼ਮੀਨ ਤਲਾਸ਼ੀ ਜਾ ਰਹੀ ਹੈ? ਦੇਖੋ ਮੈਂ ਤੇ ਇਹ ਸਵਾਲ ਤੇ ਜਵਾਬ ਨਹੀਂ ਦੇਣਾ ਵੀ ਉਹ ਕੀ ਕਰ ਰਹੇ ਨੇ। ਜਿਹੜਾ ਵੀ ਕੋਈ ਕਰਦਾ ਹੈ ਬੰਦੀ ਸਿੰਘਾਂ ਦੀ ਗੱਲ ਅਸੀਂ ਉਹਨੂੰ ਸਵਾਰ ਕਰਦੇ ਹਾਂ, ਪ੍ਰਵਾਨ ਵੀ ਕਰਦੇ ਹਾਂ ਤੇ ਐਪਰੀਸ਼ੀਏਟ ਵੀ ਕਰਦੇ ਹਾਂ, ਪਰ ਤਰੀਕਾਕਾਰ ਉਹ ਹੋਣਾ ਚਾਹੀਦਾ ਜਿੱਥੇ ਤੁਸੀਂ ਘੱਟੋ ਘੱਟ ਆਪਣੀ ਉਹ ਜ਼ੁਰਤ ਨਾ ਗਵਾਓ ਜਿਹੜੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਸੋ ਜੇ ਉਹਨਾਂ ਦਾ ਇੰਟੈਂਸ਼ਨ ਸਿਰਫ ਧਰਨਿਆਂ ਤੱਕ ਹੀ ਰਹਿਣਾ ਹੈ ਵੀ ਕਦੀ ਕਿਸੇ ਨੂੰ ਮੰਗ ਪੱਤਰ ਦੇਤਾ ਕਦੀ ਕਿਸੇ ਨੂੰ, ਤੇ ਫਿਰ ਤੇ ਪਤਾ ਨਹੀਂ ਉਹਨਾਂ ਦਾ ਕੀ ਇਰਾਦਾ ਹੈ। ਪਰ ਜੇ ਤੇ ਅਸਲ 'ਚ ਸੰਘਰਸ਼ ਕਰਨਾ ਹੈ ਤੇ SGPC ਦਾ ਬਹੁਤ ਵੱਡਾ ਨੈਟਵਰਕ ਹੈ, ਲੋਕਾਂ ਨੂੰ ਇਕੱਠਿਆਂ ਕਰਨ ਤੇ ਮੋਰਚਾ ਵੱਢਣ ਵੱਡਾ, ਤੇ ਵੱਡੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਜਬੂਰ ਕਰਾਉਣ। ਹੈ ਬਹੁਤ ਲੋਕ ਤਾਂ ਪਰ ਇਹ ਵੀ ਕਹਿੰਦੇ ਆ ਜੀ, ਉਹ ਕਹਿੰਦੇ ਜਦੋਂ ਦੀ ਬੰਦੀ ਸਿੰਘਾਂ ਦੀ ਸਜ਼ਾਵਾਂ ਪੂਰੀਆਂ ਹੋਈਆਂ ਉਦੋਂ ਤਾਂ ਪੰਥਕ ਸਰਕਾਰ ਵੀ ਆਪਣੀ ਸਰਕਾਰ ਦੇ ਵਿੱਚ ਸੀ, ਉਦੋਂ ਇਹਨਾਂ ਨੇ ਕੀ ਕਰ ਲਿਆ ਜੀ? ਅਕਸਰ ਜਦੋਂ ਬੰਦੇ ਪਾਵਰ 'ਚ ਹੁੰਦੇ ਨੇ ਨਾ, ਪਾਵਰ ਦਾ ਨਸ਼ਾ ਉਹਨਾਂ ਨੂੰ ਭੁਲਾ ਦਿੰਦਾ ਵੀ ਸਾਡਾ ਕੋਈ ਪੰਥ ਵੀ ਹੈਗਾ। ਹੈ ਜਦੋਂ ਪਾਵਰ ਤੋਂ ਬਾਹਰ ਜਾਂਦੇ ਨੇ ਫਿਰ ਪੰਥ ਚੇਤੇ ਆਉਂਦਾ। ਸੋ ਇਹ ਆ ਵੀ ਜੇ ਉਹ ਕਰਦੇ ਆ ਤਾਂ ਜੀ ਸਦਕੇ ਕਰਨ, ਪਰ ਜੇ ਫਿਰ ਮਨਸ਼ਾ ਰਾਜਨੀਤਿਕ ਹੈ ਤਾਂ ਫਿਰ ਖੁਆਰੀ ਹੋਊਗੀ, ਖਤਾ ਖਾਣਗੇ। ਇੱਦਾਂ ਰਾਜਨੀਤਿਕ ਕੁਰਸੀਆਂ 'ਤੇ ਬੈਠ ਕੇ ਕੁਛ ਨਹੀਂ ਮਿਲਦਾ ਹੁੰਦਾ। ਬਹੁਤ ਧੰਨਵਾਦ ਜੀ। ਸੋ ਇਹ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਬਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹ ਤਰੀਕਾ ਸਹੀ ਕਰਨਾ ਪਏਗਾ। ਇਸ ਤਰ੍ਹਾਂ ਭਿਖਾਰੀਆਂ ਦੇ ਵਾਂਗ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਮੰਗਣੀ ਹੈ ਤਾਂ ਨਹੀਂ ਮਿਲ ਸਕਦੀ। ਸੋ ਭਾਈ ਬਲਵਿੰਦਰ ਸਿੰਘ ਜਟਾਣਾ ਹੋਰਾਂ ਦੇ ਬਰਸੀ ਸਮਾਗਮ ਦੇ ਵਿੱਚ ਪਹੁੰਚੇ ਨੇ, ਇਹਨਾਂ ਦੇ ਵੱਲੋਂ ਆਪਣੇ ਵਿਚਾਰ ਦਿੱਤੇ ਗਏ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ।